ਜੜ ਹੈ ਹਰ ਇੱਕ ਰਿਸ਼ਤੇ ਦੀ ਹਰ ਵੇੜਾ ਬੰਨਿਆ ਔਰਤਾਂ ਨੇ ਕਿੰਜ ਮਾੜੀ ਅੱਖਾਂ ਔਰਤ ਨੂੰ ਹੈ ਰੱਬ ਨੇ ਜੰਮਿਆ ਔਰਤਾਂ ਨੇ ਸੋ ਔਰਤ ਦਾ ਮਾਣ ਸਮਾਨ ਕਈਆਂ ਜਾਗਦੀਆਂ ਦੇ ਰਹਿੰਦੇ ਭਾਗ ਸੁਤੇ ਕਈਆਂ ਜਾਗਦੀਆਂ ਦੇ ਰਹਿੰਦੇ ਭਾਗ ਸੁਤੇ ਤੇ ਕਿਤੇ ਭਾਗ ਲਾਉਂਦਾ ਪਈਆਂ ਸੁਤੀਆਂ ਨੂੰ ਕਹੀ ਕਰਦੀਆਂ ਨਿਤ ਦੀਦਾਰ ਤੇ ਜਾ ਕਹੀ ਤਰਸਦੀਆਂ ਤੇ Thank you.
फड़ी मेरी बांह सही हो मैं सुहागण होई। मैं ये नहीं कहना चाहता भी जिन्हों चंगा लगा वो ताड़ियां मारे, क्योंकि रब का नाम हर एक नूं चंगा लगता, जिन्हों रब का नाम चंगा लगा वो ताड़ियां मारे, क्योंकि रब का नाम चल रहा इत्थे, जिन्हों चंगा लगे उन्हें आपे ताड़ियां मारनियां। हाँ जी, तो जदों सिंगर गा के हटदा ताड़ियां मार दिया करो, क्योंकि वैसे तो रब का नाम चलता, किसी ने सीधा गा लिया जां विंगा खा लिया ना तो रब का ही है ना, इस करके जो कलाकार गा के हटदा ताड़ियां जरूर मार दिया करो, क्योंकि हौसला अफजाई हो जाती है। हाँ जी नवजीत प्रिया, एक बार जकारा लगा दो सारे जने, जकारा सच्चियां सरकारां दा बोल सच्चे दरबार की। अजकल देश के मुताबिक सारे ही जानते हैं ढोली मेरा लुटिया दिल पर जाके ढोलीर दी वेख के राजा एक बहन करे गुरलावे बारह साल चलाइया मचिया ते मेरा लुटिया दिल पर अपने आदे लग के तुर गई हड़े मैनू छटिया गैर की लंबा फसल खेड़े ले गए हीर वे आगे खेड़े ले गए हीर वे आगे जी दा यार बिछड़ देना सोसे नु पता होंदा कि बिछोड़ा की ओ ता की ओ दर्द की हुंदा सो जदो खेड़े हीर नु ब्याह के लै जांदे ने ते फिर रांझे दे दिल जो की आवाज निकलदी है की कहंदा ओ गुल्ली यार दे बूहे दे यंगे पारे 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 Thank you.
ਧੰਨਵਾਦ ਅਸੀਂ ਬਾਬਾ ਜੀ ਅੱਗੇ ਰਿਕੁਐਸਟ ਕਰਾਂਗੇ ਫੇਰ ਕਿਤੇ ਜੋੜੇ ਝਾੜਨ ਦਾ ਸੰਗਤਾਂ ਨੂੰ ਮੌਕਾ ਮਿਲਿਆ ਨਾ ਫੇਰ ਝਾੜਨ ਆ ਜਾਂਗੇ ਜੀ ਅਤੇ ਇਹ ਸੀਗੇ ਜੀ ਨਵਜੀਤ ਪੀੜੀਆ ਜਿਹੜੇ ਸਿਵਨ ਰਿਕਾਰਡਸ ਕੰਪਨੀ ਬ੍ਰਿਮਿੰਗਨ ਇੰਗਲੈਂਡ ਜਿਹੜੇ ਅਮਰ ਸਾਹਿਬ ਭਾਅ ਜੀ ਚਲਾ ਰਹੇ ਕੰਪਨੀ ਨੂੰ ਉਹਨਾਂ ਨਾਲ ਬੌਂਡ ਨੇ ਇਹ ਸਾਰਾ ਉਹਨਾਂ ਦਾ ਜਿਹੜਾ ਹੈ ਪਰਿਵਾਰ ਹੈ ਸੰਗੀਤ ਪਰਿਵਾਰ ਹਮੇਸ਼ਾ ਯਾਦ ਰੱਖੋ ਨਵਜੀਤ ਪੀੜੀਆ ਮਿਊਜ਼ੀਕਲ ਗੁਰ ਸਿਵਨ ਰਿਕਾਰਡਸ ਅਮਰ ਸਾਹਿਬ ਬ੍ਰਿਮਿੰਗਮ ਇੰਗਲੈਂਡ ਜਿਹੜੇ ਚਲਾ ਰਹੇ ਇਸ ਕੰਪਨੀ ਅਸੀਂ ਉਹਨਾਂ ਦੇ ਅੰਡਰ ਵਾਂ ਜਾਣੀ ਕਿ ਅਮਰ ਸਾਹਿਬ ਭਾਅ ਜੀ ਸਿਵਨ ਰਿਕਾਰਡਸ ਕੰਪਨੀ ਹਾਂ ਨਵਜੀਤ ਪੀੜੀਆ ਸੋ ਬੜੀ ਅੱਛੀ ਆਵਾਜ਼ ਨਵਜੀਤ ਪੀੜੀਆ ਜੀ ਬਾਬਾ ਜੀ ਦੇ ਦਰਬਾਰ 'ਚ ਹਾਜ਼ਰੀ ਲਗਾ ਕੇ ਗਏ ਨੇ ਸੋ ਮਾਸਟਰ ਸਲੀਮ ਜੀ ਦੇ ਬੜੇ ਅਜ਼ੀਜ਼ ਬ੍ਰਦਰ ਪੇਜੀ ਸ਼ਾਹ ਕੋਟੀ ਜੀ
ਹੁਣ ਉਹਨਾਂ ਦੀ ਹਾਜ਼ਰੀ ਹੋਏਗੀ। ਸੋ ਪੇਜੀ ਸ਼ਾਹਕੋਟੀ ਜੀ ਬਿਲਕੁਲ ਤਿਆਰ ਨੇ। ਸੋ ਬਾਬਾ ਜੀ ਦੇ ਦਰਬਾਰ 'ਚ ਮਹਿਫਲ ਬਾ ਅਦਬ ਬਾ ਸਲੂਕ ਚੱਲ ਰਹੀ ਹੈ ਜੀ, ਅਤੇ ਕਹਿੰਦੇ ਸਾਰੇ ਘੁਆਲੇ ਵਾਲਾ ਭਾਪਾ ਹੀ ਆ, ਅਤੇ ਜੈ ਮਸਤਾਂ ਦੀ ਭਾਪਾ ਜੀ। ਸੋ ਪੀਰਾਂ ਫਕੀਰਾਂ ਦਾ ਵੀ ਤਹਿ ਦਿਲੋਂ ਸ਼ੁਕਰ ਗੁਜ਼ਾਰ ਕਰਦੇ ਹਾਂ ਜੋ ਇਸ ਮਹਿਫਲ 'ਚ ਪਹੁੰਚੇ ਨੇ। ਸੋ ਸਭ ਤੋਂ ਕੰਮ ਜਿਹੜਾ ਔਖਾ ਉਹ ਇਹੀ ਹੈ ਜਿਹੜਾ ਇਹ ਫਕੀਰ ਲੋਕ ਕਰਦੇ। ਦੁਨੀਆਂ ਦੇ ਸਭ ਧੰਦੇ ਸਸਤੇ ਸੌਦੇ ਹੈ, ਜਿਹੜਾ ਮਹਿੰਗਾ ਸੌਦਾ ਹੈ ਉਹ ਫਕੀਰ ਹੀ ਕਰਦਾ ਹੈ, ਤੇ ਹੁੰਦਾ ਵੀ ਉਹ ਸਾਰਿਆਂ ਤੋਂ ਸਸਤਾ ਹੀ ਹੈ। ਕੋਈ ਏਡੀ ਗੱਲ ਵੀ ਨਹੀਂ ਹੁੰਦੀ ਕਿ ਬੰਦਗੀ ਵਾਲੇ ਮਾਂ ਦੇ ਪੇਟੋਂ ਜੰਮਦੇ ਬੰਦਗੀ ਕਰਕੇ, ਬੰਦਗੀ ਵਾਲੇ ਮਾਂ ਦੇ ਪੇਟੋਂ ਜੰਮਦੇ ਬੰਦਗੀ ਕਰਕੇ, ਉਸ ਬੰਦਗੀ ਨੂੰ ਦੋਹੀ ਜਹਾਨੀ ਲੱਭਣ ਮੱਟੀਆਂ ਭਰ ਕੇ। ਜੇ ਭਲਾ ਉਹ ਮਰ ਵੀ ਜਾਵਣ, ਜੇ ਭਲਾ ਉਹ ਮਰ ਵੀ ਜਾਵਣ, ਉਹ ਫੇਰ ਵੀ ਜ਼ਿੰਦਾ ਮਰ ਕੇ ਭਗਤ ਰਾਮ ਆ ਫੇਰ ਸੰਭਾਲਣ ਉਹ ਜੋ ਕੁਝ ਜਾਂਦੇ ਧਰ ਕੇ। ਇਹ ਪਿੱਛੋਂ ਚੱਲੀਆਂ ਹੋਈਆਂ ਰੂਹਾਂ ਫਿਰ ਦੁਬਾਰਾ ਇਸ ਦੁਨੀਆਂ ਤੇ ਆਉਂਦੀਆਂ ਨੇ, ਤੇ ਇਬਾਦਤ ਦੇ ਸਦਕੇ ਆਪਣੇ ਮੁਰਸ਼ਦ ਦੇ ਸਦਕੇ ਤੇ ਭਲਾ ਕਰਦੀਆਂ ਨੇ। ਸੋ ਇਹਨਾਂ ਰੂਹਾਂ ਦਾ ਵੀ ਪੰਜਾਬ ਦੇ ਅੰਦਰ ਇੱਕ ਵੱਡਾ, ਬਹੁਤ ਹੀ ਵੱਡਾ ਉਪਰਾਲਾ ਹੈ। ਸਾਡੇ ਅਜੇ ਜੀ ਮੈਡਮ ਪ੍ਰਿਆ ਜੀ ਦਾ ਮਾਣ ਸਨਮਾਨ ਕਰਨਗੇ। ਸੋ ਮੈਡਮ ਪ੍ਰਿਆ ਜੀ ਨੇ ਬਹੁਤ ਅੱਛੀ ਹਾਜ਼ਰੀ ਆਪਣੀ ਲਗਵਾਈ ਹੈ, ਮਾਲਕ ਇਹਨਾਂ ਨੂੰ ਵੀ ਇਹਨਾਂ ਦੀ ਸਿਹਤ ਨੂੰ ਤੰਦਰੁਸਤੀ ਦੇਵੇ ਤੇ ਇਹਨਾਂ ਦੇ ਸੁਰ 'ਚ ਬਰਕਤ ਕਰੇ। ਸੋ ਸਾਡੇ ਅਜੇ ਜੀ ਮਾਣ ਸਨਮਾਨ ਹੋ ਰਿਹਾ ਸਾਡੇ ਘੁਆਲੇ ਵਾਲੇ ਭਾਪਾ ਜੀ, ਭਾਪਾ ਜਗੀਰੀ ਜੀ ਇਹਨਾਂ ਬੱਚੀ ਨੂੰ ਆਸ਼ੀਰਵਾਦ ਦੇ ਰਿਹਾ, ਤੇ ਮੇਰਾ ਖਿਆਲ ਹੈ ਕਿ ਜ਼ਰੂਰੀ ਹੈ ਕਿ ਕਾਮਯਾਬ ਹੋ ਜਾਣਾ ਚਾਹੀਦਾ ਕਿਉਂਕਿ ਭਾਪੇ ਜਗੀਰੀ ਦਾ ਆਸ਼ੀਰਵਾਦ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ। ਸੋ ਬੜੀ ਤਲਬ ਦੇ ਨਾਲ ਬੇਸਬਰੀ ਦੇ ਨਾਲ ਇੰਤਜ਼ਾਰ ਦੀਆਂ ਘੜੀਆਂ ਨੂੰ ਬਿਲਕੁਲ ਖਤਮ ਕਰਦੇ ਹੋਏ ਮਾਸਟਰ ਸਲੀਮ ਦਾ ਜੋ ਅਜ਼ੀਜ਼ ਬ੍ਰਦਰ ਹੈ ਪੇਜੀ ਸ਼ਾਹਕੋਟੀ ਜੀ ਇਸ ਮਹਿਫਲ ਨੂੰ ਚਾਰ ਚੰਦ ਲਾਉਣਗੇ। ਸੋ ਬੜੀ ਸਬਰੀ ਨਾਲ ਇੰਤਜ਼ਾਰ ਸੀਗਾ ਪੇਜੀ ਸ਼ਾਹਕੋਟੀ ਜੀ ਦਾ, ਉਹ ਬਿਲਕੁਲ ਸਾਡੇ ਦਰਮਿਆਨ ਪਹੁੰਚ ਚੁੱਕੇ ਆ। ਪੇਜੀ ਸ਼ਾਹਕੋਟੀ ਜੀ ਉਹ ਹੁਣ ਚੰਦ ਹੀ ਮਿੰਟਾਂ ਦੇ ਵਿੱਚ ਆਪਣੀ ਜਿਹੜੀ ਹਾਜ਼ਰੀ ਉਹ ਬਾਬਾ ਜੀ ਦਰਬਾਰ 'ਚ ਲਗਵਾਉਣਗੇ। ਬਾਬਾ ਜੀ ਦੀ ਮਹਿਫਲ ਬਾ ਅਦਬ ਚੱਲ ਰਹੀ ਹੈ ਤੇ ਬੜਾ ਅੱਛਾ ਮਾਹੌਲ ਬਣਿਆ ਹੋਇਆ ਹੈ ਕਿਉਂ ਖੇਡ ਸਾਰਾ ਤਕਦੀਰਾਂ ਦਾ ਹੈ ਤੇ ਬਿਨ ਤਕਦੀਰੋਂ ਮੇਲੇ ਜਿਹੜੇ ਉਹ ਨਹੀਂ ਹੁੰਦੇ। ਇਹ ਖੇਡ ਸਾਰੀ ਤਕਦੀਰਾਂ ਦੀ ਕਿਤੇ ਮਖਮਲ ਰੁਲਦੇ ਵੇਖੇ ਮੈਂ, ਤੇ ਕਿਤੇ ਕੀਮਤ ਪੈਂਦੀ ਲੀਰਾਂ ਦੀ, ਕਿਤੇ ਕੀਮਤ ਲੀਰਾਂ ਦੀ ਪੈਂਦੀ ਕਿਤੇ ਮਖਮਲ ਐਵੇਂ ਹੀ ਰੁਲਦੇ ਫਿਰਦੇ ਨੇ। ਤੋ ਸਾਡੇ ਬਾਬਾ ਜੀ ਰਾਮ ਲਾਲ ਜੀ ਵੀ ਕਵਾਲੀ ਦੇ ਮਹਿਫਲ ਦੇ ਮੇਲਿਆਂ ਦੇ ਸਿੰਝਾਂ ਦੇ ਬਿਹਤਰੀਨ ਬਹੁਤ ਅੱਛੇ ਸ਼ਕੀਨ ਸੀਗੇ। ਅੱਲਾ ਪਾਕ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ, ਉਹਨਾਂ ਨੂੰ ਜੰਨਤ ਨਸੀਬ ਕਰੇ। ਸੋ ਉਸ ਪਰਿਵਾਰ ਦਾ ਬੜਾ ਵੱਡਾ ਯੋਗਦਾਨ ਹੈ, ਬੜੇ ਚਿਰ ਤੋਂ ਇਹ ਪਰਿਵਾਰ ਲਾਲਾਂ ਵਾਲੇ ਦੀ ਸੇਵਾ ਕਰਦਾ ਹੈ ਤੇ ਬੜੀ ਕਿਰਪਾ ਹੈ ਪੀਰ ਲਾਲਾਂ ਵਾਲੇ ਦੀ ਇਸ ਦਰਬਾਰ ਦੇ ਉੱਤੇ, ਇਸ ਘਰਾਣੇ ਦੇ ਉੱਤੇ। ਅੱਜ ਮੇਲਾ ਚੱਲਦਾ ਬੜੀ ਅੱਛੀ ਬੁਲੰਦੀ ਤੇ, ਬੜੀ ਅੱਛੀ ਮਹਿਫਲ ਅੱਜ ਸਰਕਾਰ ਦੀ ਜਿਹੜੀ ਉਹ ਸਜੀ ਹੋਈ ਹੈ। ਤੋ ਮੈਂ ਗੁਜ਼ਾਰਿਸ਼ ਕਰਾਂ ਇੰਤਜ਼ਾਰ ਦੀਆਂ ਪਲੀਜ਼ ਘੜੀਆਂ ਨੂੰ ਖਤਮ ਕਰੋ। ਸੋ ਸਾਡੇ ਪੇਜੀ ਸ਼ਾਹਕੋਟੀ ਜੀ ਉਹ ਹੁਣ ਹਾਜ਼ਰੀ ਲਗਵਾਉਣਗੇ ਤੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰਾਂ ਕਿ ਜਲਦੀ ਤੋਂ ਜਲਦੀ